ਕਿਤੇ ਨਵੇਂ ਬਣ ਰਹੇ ਘਰਾਂ 'ਚ ਆਈਆਂ ਤਰੇੜਾਂ, ਕਿਤੇ ਘਰਾਂ 'ਚ ਵੜ ਚੁੱਕੇ ਪਾਣੀ ਕਾਰਨ ਪਾਣੀ 'ਚ ਹੀ ਮੰਜੇ ਡਾ ਕੇ ਬੈਠਣ ਲਈ ਮਜਬੂਰ ਬੈਠੇ ਲੋਕ, ਤੇ ਕਿਤੇ ਪਾਣੀ ਦੇ ਕਾਰਨ ਘਰਾਂ 'ਚੋਂ ਸਮਾਨ ਚੱਕ ਰਹੇ ਲੋਕ। ਇਹ ਤਸਵੀਰਾਂ ਸੰਗਰੂਰ ਦੀਆਂ ਨੇ, ਜਿੱਥੇ ਘੱਗਰ 'ਚ ਪਏ ਪਾੜ ਨੇ ਲੋਕਾਂ ਲਈ ਖਤਰਾ ਪੈਦਾ ਕਰ ਦਿੱਤਾ। ਘੱਗਰ 'ਚ ਪਏ ਪਾੜ ਨੂੰ ਕਈ ਦਿਨ ਹੋ ਗਏ ਨੇ ਤੇ ਇਸ 'ਚੋਂ ਨਿਕਲ ਰਹੇ ਪਾਣੀ ਦੇ ਕਾਰਨ ਨਜ਼ਦੀਕੀ ਪਿੰਡਾਂ 'ਚ ਪਾਣੀ ਵੜ ਚੁੱਕਿਆ, ਜਿਸ ਨੇ ਲੋਕਾਂ ਦਾ ਭਾਰੀ ਨੁਕਸਾਨ ਕਰ ਦਿੱਤਾ। ਇਹ ਸਭ ਸਾਨੂੰ ਸਵੇਰੇ ਹੀ ਪਤਾ ਲੱਗਿਆ ਜੀ, ਪਾਣੀ ਹੈਗਾ। ਰਾਤ ਨੂੰ ਤਾਂ ਸੋਏ ਪੈਣ ਤੜਕੀ ਮੰਜੀ ਥੱਲੇ ਪਾਣੀ ਦੇਖਿਆ ਜੀ ਅਸੀਂ। ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ, ਸਮਾਨ ਕੱਢਣ ਦਾ ਟਾਈਮ ਹੀ ਲੱਗਾ ਜੀ, ਵਿੱਚੇ ਸਮਾਨ ਪਿਆ ਆਪਣਾ ਸਾਰਾ ਹੀ। ਅੱਛਾ, ਕਿੰਨਾ ਨੁਕਸਾਨ ਹੋ ਗਿਆ? ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ। ਦੱਸੋ ਨਾ ਕੀ ਹੋਇਆ? ਇੱਕ ਤਾਂ ਆਪਣਾ 42 ਫੁੱਟ ਵਾਂਗੂ ਕੰਧ ਡਿੱਗ ਗਈ ਜੀ, ਬਾਕੀ ਇੱਕ ਮਕਾਨ ਦੱਬ ਗਿਆ, ਨਾਲੇ ਜੇ ਨਜ਼ਦੀਕ ਉਹਨੇ ਰਿਹਾਇਸ਼ ਵੀ ਨਹੀਂ ਕਰੀ ਜੀ, ਹੁਣੀ ਬਣਾਇਆ, ਅਤੇ ਇੱਕ ਹੋਰ ਨਵਾਂ ਮਕਾਨ ਬਣਾਇਆ ਸੀ, ਉਹਨੇ ਵੀ ਰਿਹਾਇਸ਼ ਨਹੀਂ ਕਰੀ, ਹੁਣੀ ਦੱਬ ਗਿਆ ਉਹਦਾ ਮਕਾਨ ਵੀ ਜੀ। ਅਤੇ ਆਪਣੇ ਇੱਥੇ ਇੱਧਰ ਦੇਖ ਲਓ ਤੁਸੀਂ, ਆਪਣੇ ਛਾਤੜਾ ਡਿੱਗਿਆ, ਮੱਝਾਂ ਵਾਲਾ ਜੀ, ਬਾਕੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਜ਼ਿਮੀਂਦਾਰਾਂ ਨੂੰ ਤਾਂ ਜੀ ਮੁਆਵਜ਼ਾ ਮਿਲ ਜਾਓ, ਕਿੱਲਿਆਂ ਦੇ ਪ੍ਰਤੀ ਸਾਨੂੰ ਕੀ ਮਿਲੂਗਾ ਜੀ, ਉਹਨਾਂ ਤੁਸੀਂ ਸਮਝਦਾਰ ਹੋ ਆਪੀ। ਇਸ ਤੋਂ ਬਾਅਦ ਜਦੋਂ ਇਹਨਾਂ ਲੋਕਾਂ ਦੀ ਇਸ ਮੁਸੀਬਤ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੱਡੇ ਵੱਡੇ ਦਾਅਵੇ ਕਰਦੇ ਜ਼ਰੂਰ ਦਿਖੇ, ਪਰ ਇਹਨਾਂ ਲੋਕਾਂ ਦੀ ਮੁਸੀਬਤ ਦਾ ਸਹੀ ਹੱਲ ਕਦੋਂ ਕੀਤਾ ਜਾਵੇਗਾ ਉਹ ਦੱਸਣ 'ਚ ਅਸਫਲ ਦਿਖਾਈ ਦਿੱਤੇ। ਜਿਹੜਾ ਮੈਨੂੰ ਵੀ ਪਤਾ ਘੱਗਰ ਨੂੰ ਟੁੱਟਿਆ 3 ਦਿਨ ਹੋ ਗਿਆ, ਪਰ ਸਾਡੇ CM ਸਾਹਿਬ ਦਾ ਕੰਸਰਨ ਉਹਨਾਂ ਹੀ ਨਾਲ ਜੁੜਿਆ, ਟਾਈਮ ਟੂ ਟਾਈਮ ਉਹ ਪੂਰੀ ਰਿਪੋਰਟ ਲੈ ਰਿਹਾ। ਜੋ ਡਿਪਾਰਟਮੈਂਟ ਸਾਡੀ ਐਡਮਿਨਿਸਟ੍ਰੇਸ਼ਨ ਉਸੇ ਵੇਲੇ ਦੀ ਨਾਲ ਜਿਹੜੇ ਵੀ ਕੋਈ ਰਾਹਤ ਦੇ ਕਾਰਜ ਸੀਗੇ ਉਹਨਾਂ 'ਤੇ ਉਹਨਾਂ ਉਸੇ ਵੇਲੇ ਕਰ ਦਿੱਤੇ ਸੀ, ਔਰ ਮੇਰਾ ਖਿਆਲ ਹੁਣ ਪਾਣੀ ਦਾ ਲੈਵਲ ਵੀ ਕਾਫੀ ਥੋੜ੍ਹਾ ਕੁ ਥੱਲੇ ਜਾ ਰਿਹਾ, ਔਰ ਸਾਨੂੰ ਲੱਗਦਾ ਕਿ ਬਹੁਤ ਜਲਦੀ ਪਾਣੀ ਜਿਹੜਾ ਬਾਹਰ ਦਾ ਜਿਹੜਾ ਗਿਆ ਸੀਗਾ ਵਾਪਸ ਘੱਗਰ ਚੱਲ ਜਾਵੇ। ਦੇਖੋ, ਉਹਦੇ DC ਸਾਹਿਬ ਨੂੰ CM ਸਾਹਿਬ ਨੇ ਕਹਿਤਾ ਕਿ ਗਰਦੌਰੀਆਂ ਲਈ ਸਾਰੀਆਂ ਜ਼ਮੀਨਾਂ ਦਾ ਵੀ ਅਤੇ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹ ਸਾਰਾ ਕੋਈ ਵੇਰਵਾ ਜਵਾਊਗਾ, ਜੋ ਵੀ ਮੁਆਵਜ਼ਾ ਉਹਨਾਂ ਦਾ ਬਣਦਾ ਹੋਊ ਸਰਕਾਰ ਨੂੰ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਆਈ ਭਾਰੀ ਬਰਸਾਤ ਦੇ ਕਾਰਨ ਘੱਗਰ ਦੇ ਬੰਨ 'ਚ ਪਾੜ ਪੈ ਗਏ ਅਤੇ ਬਹੁਤ ਸਾਰੇ ਪਿੰਡ ਘੱਗਰ ਦੇ ਪਾਣੀ ਦੀ ਚਪੇਟ 'ਚ ਆ ਚੁੱਕੇ ਨੇ, ਪਰ ਸਰਕਾਰ ਅਤੇ ਪ੍ਰਸ਼ਾਸਨ ਕਈ ਦਿਨਾਂ ਤੋਂ ਬਾਅਦ ਵੀ ਘੱਗਰ ਦੇ ਪਾਣੀ ਨੂੰ ਕੰਟਰੋਲ ਕਰਨ 'ਚ ਅਸਫਲ ਸਾਬਤ ਹੋਏ ਨੇ। ਸੰਗਰੂਰ ਤੋਂ ਅਵਤਾਰ ਗਿੱਲ ਦੀ ਰਿਪੋਰਟ, ਦੈਨਿਕ ਸਵੇਰਾ TV।